ਹੈਲੋ ਸੰਗਤ ਜੀ, ਕਿੱਦਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਦੋਸਤੋ, ਅੱਜ ਤੁਹਾਨੂੰ ਆਪਾਂ ਇੱਕ ਇਹੋ ਜਿਹਾ ਕੋਈ ਪੁਰਾਣਾ ਇੱਕ ਗੁਰਦੁਆਰਾ ਦਿਖਾਉਣ ਜਾ ਰਹੇ ਹਾਂ। ਬਹੁਤ ਪੁਰਾਣਾ ਗੁਰਦੁਆਰਾ ਦੋਸਤੋ। ਇੱਥੇ ਕਿਸੇ ਟਾਈਮ ਦੋਸਤੋ ਮੇਲੇ ਲੱਗਦੇ ਹੁੰਦੇ ਸੀਗੇ, ਅੱਜ ਜਗ੍ਹਾ ਵੀਰਾਨ ਪਈ ਹੈ। ਇਹਦੇ ਪਿੱਛੇ ਤਾਂ ਕੋਈ ਕਾਰਨ ਪਤਾ ਨਹੀਂ ਆਇਆ, ਅੱਜ ਤੱਕ ਸਾਹਮਣੇ ਨਹੀਂ ਆਇਆ ਕੋਈ। ਅੱਜ ਤੋਂ 10-20 ਸਾਲ ਪਹਿਲਾਂ ਦੀ ਗੱਲ ਹੈ। ਇਸ ਕਿਸੇ ਟਾਈਮ ਦੇ ਇੱਥੇ ਮੇਲੇ, ਜਲੇਬੀਆਂ ਦੇ ਲੰਗਰ, ਕੀ ਪ੍ਰਸ਼ਾਦ, ਖੀਰ, ਕੜਾ, ਸਭ ਕੁਝ ਚੱਲਦਾ ਹੁੰਦਾ ਸੀਗਾ ਦੋਸਤੋ। ਅੱਜ ਜਗ੍ਹਾ ਪਈ ਹੈ ਵੀਰਾਨ, ਤਾਂ ਚਲੋ ਲੈ ਚੱਲਦੇ ਹਾਂ ਤੁਹਾਨੂੰ ਉਹ ਜਗ੍ਹਾ ਵੱਲ। ਤਾਂ ਵੇਖੋ ਸੰਗਤ ਜੀ, ਇਹ ਆ ਉਹ ਗੁਰਦੁਆਰਾ। ਆ ਤਾਂ ਹੁਣ ਇਹਨਾਂ ਨੇ ਥੋੜ੍ਹਾ ਜਿਹਾ ਕੋਈ ਨਵਾਂ ਬਣਾਤਾ ਆਪਣੇ ਨਿਸ਼ਾਨ ਸਾਹਿਬ 'ਤੇ ਐਵੇਂ, ਤਾਂ ਵਿਖਾਉਣਾ ਤੁਹਾਨੂੰ ਪੁਰਾਣੇ ਮੜੀਆਂ ਵੀ ਦਿਖਾਉਣਾ। ਆਹ ਦੇਖੋ ਇੱਧਰ ਮੜੀਆਂ, ਇੱਧਰ ਝੰਡੀ ਆ ਗਈ, ਇੱਧਰ ਸਭ ਕੁਝ ਚੜ੍ਹਦਾ ਇੱਥੇ। ਹਾਂ ਦੇਖੋ ਇੱਧਰ ਆ ਛੋਟੀ ਜਿਹੀ ਤਲਾਈ ਆ ਗਈ ਇੱਧਰਲੀ ਸਾਈਡ 'ਤੇ। ਉਸ ਤੋਂ ਅੱਜ ਤੱਕ ਅਰੇ ਸਾਹਮਣੇ ਨਹੀਂ ਆਇਆ ਵੀ ਇਹ ਵੀਰਾਨ ਕਿਉਂ ਪੈ ਗਿਆ। ਆਹ ਦੇਖੋ ਦੋਸਤੋ ਉੱਤੇ ਕੀ ਹਾਲਾਤ ਨੇ। ਕਿਸੇ ਟਾਈਮ ਦੇ ਭਰਾ ਯਾਰ ਸਰੋਵਰ ਸਾਹਿਬ ਸੀ, ਪਰ ਅੱਜ ਇਹ ਜਗ੍ਹਾ ਖੇਤਾਂ ਦੇ ਵਿੱਚ ਵੀਰਾਨ ਪਈ ਹੋਈ ਹੈ। ਅਤੇ ਇੱਥੇ ਦੇਖੋ ਦਰਗਾਹ ਵੀ ਹੈ ਦੋਸਤੋ। ਆਹ ਦੇਖੋ ਦਰਗਾਹ, ਦੇਖੋ ਦਰਗਾਹ ਵੀ ਇਹਦੇ ਪਿੱਛੇ ਹੀ ਹੈ ਜੀ। ਤਾਂ ਹਾਲੇ ਤੱਕ ਯਾਰ ਨਿਸ਼ਾਨ ਸਾਹਿਬ ਝੂਲ ਰਹੇ ਹੋਏ ਸੀ, ਝੂਲਦੇ ਹੀ ਰਹਿਣ। ਪਰ ਇੱਥੇ ਕਿਸੇ ਟਾਈਮ 'ਤੇ ਮੇਲੇ ਲੱਗਦੇ ਹੁੰਦੇ ਦੋਸਤੋ। ਆਹ ਤਾਂ ਹੁਣ ਇਹਨਾਂ ਨੇ ਢਾਹ ਕੇ ਨਵਾਂ ਬਣਾਤਾ, ਇਹ ਜਮ੍ਹਾਂ ਹੀ ਵੀਰਾਨ ਹੋ ਗਿਆ ਸੀਗਾ। ਨਿਸ਼ਾਨ ਸਾਹਿਬ ਝੂਲ ਰਿਹਾ। ਤਾਂ ਤੁਸੀਂ ਦੱਸੋ ਯਾਰ ਦੋਸਤੋ, ਯਾਰ ਇਹਦੇ ਪਿੱਛੇ ਤਾਂ ਕੀ ਕਾਰਨ ਹੋ ਸਕਦਾ ਯਾਰ, ਵੀ ਇਹ ਕੋਈ ਵੀਰਾਨ ਪੈ ਗਿਆ ਜਾਂ ਕੋਈ, ਹੈ ਨਾ। ਆਹ ਤਾਂ ਹੁਣ ਵਲਗਣ ਇਹਨਾਂ ਨੇ ਦੂਰੀ ਯਾਰ ਕਰਤਾ। ਇੱਧਰ ਆ ਝੰਡੀ, ਇੱਥੇ ਦੱਸਦੇ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਜੀ, ਸੰਗਤ ਜੀ ਦਰਸ਼ਨ ਕਰੋ। ਤਾਂ ਤੁਹਾਨੂੰ ਬਾਹਰਲਾ ਵਿਊ ਦਿਖਾਉਂਦੇ ਹਾਂ ਜਾ ਕੇ। ਆਹ ਦੇਖੋ ਦੋਸਤੋ ਬਾਹਰਲਾ ਵਿਊ, ਉਹ ਉੱਧਰੋਂ ਖਾਲ ਦੇ ਵਿੱਚ ਪਾਣੀ ਪੈ ਰਿਹਾ ਇਹਦੇ 'ਚ। ਅਤੇ ਇਹ ਹੈਗਾ ਯਾਰ ਦੋਸਤੋ, ਹੈ ਆਪਣੇ ਏਰੀਏ ਪੰਜਾਬ ਦੇ ਵਿੱਚ ਹੀ ਹੈ ਇਹ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪਿੰਡ ਦੋਦਾ ਵਿਖੇ। ਉੱਥੇ ਜਾ ਕੇ ਗੁਰਦੁਆਰਾ ਪਾਇਆ ਜਾਂਦਾ ਦੋਸਤੋ। ਕਿਸੇ ਟਾਈਮ ਇੱਥੇ ਮੇਲੇ ਲੱਗਦੇ ਰਹੇ ਆ ਅਤੇ ਅੱਜ ਇਹ ਜਗ੍ਹਾ ਵੀਰਾਨ ਪਈ ਹੈ। ਫਿਰ ਦੋਸਤੋ ਮਿਲਦੇ ਫਿਰ ਨੈਕਸਟ ਵੀਡੀਓ 'ਚ, ਕੋਈ ਇਹੋ ਜਿਹੀ ਵੀਡੀਓ ਵਧੀਆ ਲੋਕੇਸ਼ਨ ਲੈ ਕੇ ਜ਼ਰੂਰ ਤੁਹਾਡੇ ਮੂਹਰੇ ਪੇਸ਼ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।